ਪੰਜਾਬ ਦੇ ਧੂਰੀ ਵਿਖੇ 4 ਸਾਲ ਦੀ ਬੱਚੀ ਨਾਲ ਹੋਏ ਰੇਪ ਦੇ ਮਾਮਲੇ ਵਿੱਚ ਫਰੀਦਕੋਟ ਪੁਲਿਸ ਦੀ ਕਸਟਡੀ ਵਿੱਚ 24 ਸਾਲਾ ਜਸਪਾਲ ਦੀ ਹੱਤਿਆ ਨੂੰ ਲੈ ਕੇ ਜਿੱਥੇ ਪੂਰੇ ਪੰਜਾਬ ਦੇ ਲੋਕ ਸੜਕਾਂ ਤੇ ਉਤਰ ਰਹੇ ਨੇ ਉੱਥੇ ਹੀ ਲੁਧਿਆਣਾ ਵਿਖੇ ਵੀ ਨੌਜਵਾਨ ਵਰਗ ਵੱਲੋਂ ਸੜਕਾਂ ਤੇ ਉਤਰ ਕੇ ਕੈਂਡਲ ਮਾਰਚ ਕੱਢਿਆ ਗਿਆ ਅਤੇ ਮੌਜੂਦਾ ਸਰਕਾਰ ਅਤੇ ਪੰਜਾਬ ਪੁਲਿਸ ਦੇ ਖਿਲਾਫ਼ ਰੋਸ ਪ੍ਰਗਟ ਕੀਤਾ ਗਿਆ। ਇਸ ਦੌਰਾਨ ਯੁਵਾ ਨੇਤਾ ਸਤਪਾਲ ਕੁਮਾਰ ਰਿੰਕੂ ਨੇ ਦੱਸਿਆ ਕਿ ਪੰਜਾਬ ਵਿੱਚ ਲਗਾਤਾਰ ਬੱਚੀਆਂ ਨਾਲ ਹੋ ਰਹੀਆਂ ਰੇਪ ਦੀਆਂ ਘਟਨਾਵਾਂ ਅਤੇ ਪੁਲਿਸ ਕਸਟਡੀ ਵਿੱਚ ਹੋਈ ਮੌਤ ਨੂੰ ਲੈ ਕੇ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਹੈ ਅਤੇ ਸਖ਼ਤ ਕਾਨੂੰਨ ਬਣਾਉਣਾ ਚਾਹੀਦਾ ਹੈ ਤਾਂ ਕਿ ਕੋਈ ਵੀ ਸ਼ਖਸ ਐਸਾ ਘਿਨਾਉਣਾ ਕੰਮ ਨਾ ਕਰ ਸਕੇ। ਧੂਰੀ ਦੇ ਵਿੱਚ ਵੀ ਕੱਲ੍ਹ ਪਰਸੋਂ ਦੀ ਖ਼ਬਰ ਆਈ ਹੈ ਕਿਉਂਕਿ 5 ਸਾਲ ਦੀ ਬੱਚੀ ਨਾਲ ਜਿਹੜਾ ਰੇਪ ਹੋਇਆ ਇਹ ਬਹੁਤ ਹੀ ਸ਼ਰਮਨਾਕ ਅਤੇ ਬਹੁਤ ਹੀ ਘਿਨਾਉਣਾ, ਕਿਉਂਕਿ ਸਰਕਾਰਾਂ ਨੂੰ ਇਹ ਚੀਜ਼ਾਂ ਨਹੀਂ ਦਿਖਦੀਆਂ। ਸਾਡੀਆਂ ਵੀ ਧੀਆਂ ਭੈਣਾਂ, ਸਾਡੇ ਬੱਚੇ ਹੈਗੇ ਨੇ, ਅਸੀਂ ਕਿਸ ਵਜ੍ਹਾ ਕਰਕੇ ਅਸੀਂ ਸੋਚਿਆ ਜਾਵੇ ਜੇ ਇੰਨਾ ਕਲਯੁੱਗ ਆ ਗਿਆ ਹੈ, ਸਰਕਾਰਾਂ ਨੂੰ ਦੇਖ ਨਹੀਂ ਰਿਹਾ, ਪੁਲਿਸ ਪ੍ਰਸ਼ਾਸਨ ਨੂੰ ਦੇਖ ਨਹੀਂ ਰਿਹਾ, ਇੱਕ ਛੋਟੀ ਜਿਹੀ ਬੱਚੀ ਨਾਲ ਇਹ ਰੇਪ ਹੋਣਾ, ਇਹ ਪਤਾ ਨਹੀਂ ਕਿੰਨੇ ਮਾਮਲੇ ਸਾਹਮਣੇ ਆ ਰਹੇ ਨੇ, ਕਿਉਂਕਿ ਸਾਡੀ ਧੀਆਂ ਭੈਣਾਂ ਇਸ ਮਾਮਲੇ 'ਚ ਸੇਫ ਤਾਂ ਹੈ ਨਹੀਂ। ਦੇਖਿਆ ਜਾਵੇ ਤਾਂ ਸਰਕਾਰਾਂ ਹਾਲੇ ਤੱਕ ਸੁੱਤੀਆਂ ਪਈਆਂ ਨੇ, ਕੋਈ ਐਕਸ਼ਨ ਨਹੀਂ ਲੈ ਰਿਹਾ। ਇੱਦਾਂ ਦੇ ਬੰਦਿਆਂ ਨੂੰ ਫਾਂਸੀ ਨਹੀਂ, ਪਬਲਿਕ ਦੇ ਹਵਾਲੇ ਕਰਕੇ ਮੌਤ ਦੀ ਸਜ਼ਾ ਦੇਣੀ ਚਾਹੀਦੀ ਹੈ, ਕਿਉਂਕਿ ਪਬਲਿਕ ਹਵਾਲੇ ਕਰਦੇ ਹਨ। ਉਸ ਮੁੰਡੇ ਨਾਲ ਬਹੁਤ ਹੀ ਜਾਤੀ ਹੋਈ ਹੈ, ਕਿਉਂਕਿ ਤੁਹਾਨੂੰ ਪਤਾ ਪੁਲਿਸ ਕਸਟਡੀ ਦੇ ਵਿੱਚ ਮੌਤ ਹੋਣੀ, ਇਹ ਤਾਂ ਪੁਲਿਸ ਵਾਲੇ ਦੀ ਇੱਕ ਪੁਲਿਸ ਵਾਲੇ ਦੇ ਵੱਲੋਂ ਆਤਮ ਹੱਤਿਆ ਕਰਨੀ, ਇਹ ਤਾਂ ਸਾਫ਼ ਦਰਸਾਉਂਦਾ ਹੈ ਕਿ ਹਾਂ ਪੁਲਿਸ ਦੀ ਇਹ ਲਾਪਰਵਾਹੀ ਕਰਕੇ ਹੈ, ਨਾ ਹੀ ਉਹ ਲਾਸ਼ ਦੇ ਰਹੀ ਹੈ। ਉਹ ਮਾਂ ਅੱਜ ਕਿੰਨੇ ਦਿਨਾਂ ਤੋਂ ਇੱਕ ਲਾਸ਼ ਲਈ ਗਿੜਗਿੜਾ ਰਹੀ ਹੈ, ਉਹਦਾ ਨਾਨਾ ਆਪਣੇ ਆਪ ਨੂੰ ਅੱਗ ਲਾਉਣ 'ਤੇ ਮਜਬੂਰ ਹੋ ਗਿਆ ਸੀਗਾ। ਇਸ ਕਰਕੇ ਅਸੀਂ ਸਾਰਾ ਯੂਥ ਉਸ ਮੁੰਡੇ ਦੇ, ਉਸ ਮਾਂ ਪਿਓ ਦੇ, ਉਹਨਾਂ ਦੇ ਲਈ ਆਪਣੇ ਦਿਲ 'ਚ ਦਰਦ ਪ੍ਰਗਟ ਕਰਕੇ ਉਹਨਾਂ ਲਈ ਆ ਸਾਰਾ ਯੂਥ ਇਕੱਠਾ ਹੋਇਆ। ਬਿਊਰੋ ਰਿਪੋਰਟ, ਲੁਧਿਆਣਾ ਵਿਊ।